ਫਕਰ ਜ਼ਮਾਨ ਦਾ ਨਾਵਲ ਸੱਤ ਗਵਾਚੇ ਲੋਕ ਦਾ ਅਗਲਾ ਹਿੱਸਾ ਆਵਾਜ਼ ਰੁਕੀ ਇਸ ਤੋਂ ਪਹਿਲਾਂ ਜੇ ਕੋਈ ਗੱਲ ਕਰੇ ਉਹਨਾਂ ਲੋਕਾਂ ਨੇ ਪਲ ਲਈ ਅੱਖਾਂ ਖੋਲੀਆਂ ਲਾਲ ਰੰਗ ਨੇ ਛਲ ਪਾਇਆ ਸੀ ਰੁੱਖ ਲਾਲ ਖੰਬੇ ਲਾਲ ਤਾਰਾਂ ਲਾਲ ਸੜਕਾਂ ਲਾਲ ਚਰਸਤਾ ਲਾਲ ਫਸਲਾਂ ਦਰਿਆ ਜਿਵੇਂ ਲਾਲ ਜਨੌਰ ਪੰਖੇ ਰੂ ਲਾਲ ਜਜ਼ਬੇ ਲਾਲ ਅੱਖਰ ਲਾਲ ਸਾਹ ਲਾਲ ਤੇ ਸੱਤਾਂ ਲੋਕਾਂ ਦੇ ਮੁੱਖਾਂ ਤੇ ਲਾਲੀ ਖੇਡ ਰਹੀ ਸੀ ਇੱਕ ਆਵਾਜ਼ ਉਭਰੀ ਮੈਂ ਇੱਕ ਫਾਂਸੀ ਚੜਨ ਵਾਲੇ ਨੂੰ ਪੁੱਛਿਆ ਤੁਸੀਂ ਧੰਮੀ ਵੇਲੇ ਦਾ ਜ਼ਿਕਰ ਕਰਦੇ ਹੋ ਉਹ ਕਦੋਂ ਬੋੜੇਗਾ ਸਰ ਪਰ ਅਸੀਂ ਬਰਿਆਂ ਤੋਂ ਫਾਂਸੀ ਚੜਦੇ ਆਏ ਹਾਂ ਤੇ ਸਾਡੀ ਰਾਤ ਇੱਕ ਦਿਹਾੜੇ ਜ਼ਰੂਰ ਆਪਣੀ ਵਿਖਾਲੀ ਦੇਗੀ ਉਹਦੀ ਦਿਸਣੀ ਅਜਿਹੀ ਹੋਏਗੀ ਕਿ ਸਾਡੇ ਚੰਮਾਂ ਦੇ ਵੈਰੀ ਥਾਵਾਂ ਤੇ ਖਲੇ-ਖਲੋਤੇ ਮੁੱਕ ਜਾਣਗੇ ਧੰਮੀ ਵੇਲਾ ਜ਼ਰੂਰ ਉਸਰੇਗਾ ਜ਼ਰੂਰ ਉਸਰੇਗਾ ਕੰਨਾਂ 'ਚੇ ਲਫ਼ਜ਼ بار-बार ਗੂੰਜ ਰਹੇ ਸਨ ਮੈਂ ਜਦੋਂ ਢਿੱਲਾ ਪੈ ਜਾਂਦਾ ਮੈਨੂੰ ਕੋਈ ਧੰਮੀ ਵੇਲਾ ਬੌੜੇਗਾ ਦਾ ਛਾਟਾ ਮਾਰਦਾ ਤੇ ਮੈਂ ਮੁੜ ਕੇ ਗਹਿਲੇ ਪੈ ਜਾਂਦਾ ਪਰ ਵੇਲਾ ਆਪਣਾ ਮੁਹੰਦਰਾ ਬਦਲ ਰਿਹਾ ਸੀ ਬਾਦਸ਼ਾ ਗੋਰੇ ਤਾਂ ਮੌਜੂਦ ਸਨ ਪਰ ਫਾ ਲੈਣ ਵਾਲੇ ਨਾ ਬਰਾਬਰ ਸਨ ਮੈਂ ਇਕੱਲਾ ਕੀ ਕਰਦਾ ਕਦੇ ਤੇ ਮੈਂ ਡਾਢਾ ਸੌੜਾ ਹੋ ਜਾਂਦਾ ਇਸ ਸੌੜ ਭੀੜ ਮੈਨੂੰ ਉਜਾੜ ਜਗ੍ਹਾ ਤੇ ਲੈ ਜਾਂਦੀ ਤੇ ਮੈਂ ਸੰਗ ਪਾੜ ਕੇ ਚੀਖਦਾ ਇਨਕਲਾਬ ਜ਼ਿੰਦਾਬਾਦ ਖਰ ਜ਼ਮੀਨ ਤੇ ਟੈ ਪੈਂਦੇ ਤੇ ਮੈਂ ਕੁਝ ਚਿਰ ਇੱਥੇ ਖਲੋ ਕੇ ਪਰਤ ਆਉਂਦਾ ਇੱਕ ਦਿਹਾੜੇ ਮੈਂ ਇੱਕ ਵੱਡੇ ਸ਼ਹਿਰ ਦਾ ਰੁੱਖ ਕੀਤਾ ਇੱਕ ਜਗ੍ਹਾ ਥਕੇਵਾਂ ਲਾਉਣ ਲਈ ਮੈਂ ਇੱਕ ਚਾਹਖਾਨੇ 'ਚ ਦਾਖਲ ਹੋਇਆ ਤੇ ਇੱਕ ਨੁਕਰੇ ਕੁਰਸੀ ਤੇ ਬਹਿ ਗਿਆ ਤੇ ਚਾਹ ਮੰਗਵਾਈ ਆਲੇ ਦੋਲੇ ਬੈਠੇ ਲੋਕਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਪਤਾ ਚੱਲਿਆ ਉਹ ਸਾਰੇ ਸੂਝਵਾਨ ਕਵੀ ਤੇ ਲਿਖਾਰੀ ਸਨ ਉਹਨਾਂ ਦੀਆਂ ਗੱਲਾਂ ਸੁਣਨ ਲਈ ਮੈਂ ਉਹਨਾਂ ਵੱਲ ਕੰਨ ਲਾ ਦਿੱਤੇ ਉਹ ਸਾਰੇ ਮੇਰੀਆਂ ਗੱਲਾਂ ਕਰ ਰਹੇ ਸਨ ਮੇਰੀ ਹਿੰਮਤ ਵਧੀ ਕਈ ਮੈਨੂੰ ਮੁੜ ਕੇ ਕੁਝ ਸੰਗੀ ਮਿਲ ਗਏ ਨੇ ਪਰ ਇਹ ਉਹਨਾਂ ਬਾਰੇ ਮੇਰਾ ਪਹਿਲਾ ਗਵੇੜ ਸੀ ਜਦ ਮੈਂ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣੀਆਂ ਤੇ ਮੇਰਾ ਦਿਲ ਕੀਤਾ ਉਸ ਜਗ੍ਹਾ ਨੂੰ ਬੰਬ ਨਾਲ ਉਡਾ ਦਿੱਤਾ ਜਾਏ ਤਾਂ ਜੋ ਉੱਥੇ ਬੈਠੇ ਬਦਬੂਦਾਰ ਲੋਕਾਂ ਦੇ ਆ ਜੁੱਸਿਆਂ ਦੀਆਂ ਕਿਰਚਾਂ ਹਵਾ ਛੁੱਟ ਪੈਣ ਉਹ ਕਹਿ ਰਹੇ ਸਨ ਉਹਨੇ ਵੇਲ ਦੀ ਬਾਦਸ਼ਾਹੀ ਕੋਲੋਂ ਬਗਾਵਤ ਕੀਤੀ ਉਹਨੇ ਮਹਿਲਾਂ ਦੇ ਕਿੰ ਅੰਗਰੇਜ਼ ਸ਼ੱਕਰ ਵਾਂਗੂ ਭੋਰ ਸੁੱਟੇ ਉਹਨੇ ਤਖਤਾਂ ਅੰਦਰ ਭਾਜੜ ਪਾ ਦਿੱਤੀ ਤੂੰ ਫਲਾਟ ਲੈ ਆਇਆ ਉਹ ਬੜਾ ਵੱਡਾ ਇਨਕਲਾਬੀ ਸੀ ਉਹ ਇੱਥੇ ਦਾ ਹੀਰੋ ਏ ਮੈਂ ਇਹ ਗੱਲ ਨਹੀਂ ਮੰਨਦਾ ਉਹ ਇੱਕ ਡਾਕੂ ਸੀ ਉਹਨੇ ਜਦ ਵੇਖਿਆ ਵੀ ਮੇਰਾ ਦੁੱਧ ਭਰਾ ਤੇ ਤਖਤ ਦਾ ਵਾਰਿਸ ਏ ਤੇ ਮੈਂ ਕੁਝ ਵੀ ਨਹੀਂ ਤਦੋਂ ਉਹਨੇ ਮਿਹਨਤੀ ਕਾਮਿਆਂ ਦਾ ਬੇताज ਬਾਦਸ਼ਾਹ ਬਣਨ ਦਾ ਫੈਸਲਾ ਕਰ ਲਿਆ ਉਹ ਕੋਈ ਇਨਕਲਾਬੀ ਵਗੈਰਾ ਨਹੀਂ ਸੀ ਸਿਰਫ ਆਪਣੀ ਅਨਾਦੀ ਤਸਕੀਨ ਲਈ ਉਹਨੇ ਉਹ ਢੋਂਗ ਰਚਾਇਆ ਉਹ ਹੀਰੋ ਨਹੀਂ ਸੀ ਲੋਕਾਂ ਨੂੰ ਵਰਤਨ ਵਾਲਾ ਸੀ ਇਹ ਬਕਵਾਸ ਏ ਤਾਰੀਖੀ لحاظ ਨਾਲ ਗਲਤ ਏ ਜਿਹੜਾ ਬੰਦਾ ਆਪਣੀ ਮੌਤ ਨੂੰ ਆਵਾਜ਼ ਮਾਰੇ ਉਹ ਹੀਰੋ ਤੋਂ ਇਲਾਵਾ ਕੀ ਹੋ ਸਕਦਾ ਹੈ ਤੇ ਉਹ ਸੂਰਮਾ ਤੇ ਫਾਂਸੀ ਚੜਦੇ ਵੇਲੇ ਮੁਸਕਰਾ ਰਿਹਾ ਸੀ ਵੇਖੋ ਜੀ ਗੱਲ ਇਹ ਵੇ ਉਹ ਇਨਕਲਾਬੀ ਹੈ ਸਜ ਹੈ ਸੀਜ ਨਹੀਂ ਇਹਦੇ ਬਾਰੇ ਬਹਿਸ ਫਜ਼ੂਲ ਏ ਅੱਜ ਸਾਨੂੰ ਆਪਣੀ ਪਛਾਣ ਲਈ ਉਹਨੂੰ ਹੀਰੋ ਬਣਾਉਣਾ ਹੀ ਪਏਗਾ ਸਾਰਿਆਂ ਨੇ ਕੋਰਸ ਚ ਕਿਹਾ ਇਹ ਗੱਲ ਠੀਕ ਹੈ ਇੱਕ ਪਾਸੋਂ ਫੇਰ ਆਵਾਜ਼ ਆਈ ਜੇ ਤੁਸੀਂ ਹੀਰੋ ਦਾ ਸਿੱਟਾ ਕੱਢਣ ਲੱਗੇ ਤੇ ਫਿਰ ਕਈਆਂ ਥਾਵਾਂ ਤੇ ਤੁਹਾਨੂੰ ਉਹ ਨਾ ਉਮੀਦ ਵੀ ਕਰੇਗਾ ਹੁਣ ਵੇਖੋ ਨਾ ਦਰਿਆ ਦਾ ਬਾਦਸ਼ਾਹ ਆਪੇ ਇੱਕ ਵੱਡਾ ਸੌਖਾ ਜ਼ਿਮੀਂਦਾਰ ਸੀ ਤੇ ਗੋਰਿਆਂ ਨਾਲ ਲੜਾਈ ਉਹਦੀ ਆਪਣੀ ਚੁਧਰਾਟ ਕਾਇਮ ਰੱਖਣ ਲਈ ਸੀ ਤੇ ਉਸ ਖੁਰਬਾ ਖੁਰਬੀ ਚ ਉਹ ਮਾਰਿਆ ਗਿਆ ਤੇ ਅਸੀਂ ਉਹਨੂੰ ਆਜ਼ਾਦੀ ਦੀ ਲੜਾਈ ਦੀ ਇਲਾਮਤ ਕਿਵੇਂ ਇਕਰਾਰ ਦੇ ਸਕਦੇ ਆਂ ਇਹ ਵੀ ਤਾਰੀਖੀ ਤੌਰ ਤੇ ਗਲਤ ਤੇ ਉਹਦੀ ਲੜਾਈ ਉਸ ਇਲਾਕੇ ਦੇ ਸਾਰੇ ਵਸਨੀਕਾਂ ਲਈ ਸੀ ਉਹਨੇ ਜਾਨ ਦੇ ਕੇ ਉੱਥੋਂ ਦੇ ਵਾਸੀਆਂ ਦੇ ਸਿਰ ਉੱਚੇ ਕੀਤੇ ਉਹ ਸੌਖਾ ਜ਼ਿੰਮੇਦਾਰ ਤੇ ਹੈ ਸੀ ਪਰ ਉਹਦਾ ਰਵਈਆ ਇੱਕ ਇਨਕਲਾਬੀ ਵਾਲਾ ਸੀ ਮੈਂ ਸਮਝਣਾ ਵਾਂ ਇਹ ਬਹਿਸ ਵੀ ਫਜ਼ੂਲ ਹੋਈ ਸਾਨੂੰ ਆਪਣੀ ਪਛਾਣ ਲਈ ਦਰਿਆ ਦੇ ਬਾਦਸ਼ਾਹ ਨੂੰ ਹੀਰੋ ਮੰਨਣਾ ਪਏਗਾ ਠੀਕ ਹੈ ਬਿਲਕੁਲ ਠੀਕ ਸਭ ਨੇ ਕੋਰਸ ਵਿੱਚ ਗਿਆ ਚਟਮਗਰੋਂ ਇੱਕ ਆਵਾਜ਼ ਉਬਰੀ ਅਸਲ ਹੀਰੋ ਤੇ ਸਈ ਇਨਕਲਾਬੀ ਤੇ ਉਹ ਸੀ ਜਿਨੇ ਗੋਰੇ ਨੂੰ ਦਿਨ ਦਿਹਾੜੇ ਚੌਕ 'ਚ ਗੋਲੀ ਮਾਰੀ ਉਹ ਨੌਜਵਾਨ ਜਿਨੇ ਅਸੈਂਬਲੀ ਨੂੰ ਬੰਬ ਨਾਲ ਉਡਾਇਆ ਉਹ ਜਿਨੇ ਫਾਂਸੀ ਦਾ ਰੱਸਾ ਚੁੰਮ ਕੇ ਆਪਣੀ ਗਰਦਨ 'ਤੇ ਵਾਲੇ ਪਾਇਆ ਸਾਡਾ ਅਸਲ ਹੀਰੋ ਉਹ ਏ ਨਹੀਂ ਨਹੀਂ ਉਹ دہشت ਪਸੰਦ ਤੇ ਮਹਿਮਜੂ ਸੀ ਉਹ ਸਾਡਾ ਹੀਰੋ ਨਹੀਂ ਹੋ ਸਕਦਾ ਸਾਡੇ ਤੇ ਉਹਦੇ ਧਰਮ 'ਚ ਫਰਕ ਏ ਇੱਥੇ ਗਲਤ ਧਰਮ ਤੇ ਵੰਡਾਂ ਦੀ ਨਹੀਂ ਹੋ ਰਹੀ ਇਨਕਲਾਬ ਦੀ ਹੋ ਰਹੀ ਤੇ ਇਨਕਲਾਬੀ ਉਰਾਰ ਜਾਂ ਪਰਾਰ ਇੱਕ ਹੀ ਸ਼ਖਸ ਹੁੰਦਾ ਹੈ ਇਹ ਠੀਕ ਹੈ ਸਾਨੂੰ ਆਪਣੀ ਪਛਾਣ ਲਈ ਉਹਨੂੰ ਵੀ ਹੀਰੋ ਮਿੱਥਣਾ ਪਏਗਾ ਬਿਲਕੁਲ درست ਹੈ ਸਾਡੇ ਕੋਰਸ ਸਾਰੇ ਕੋਰਸ ਵਿੱਚ ਬੋਲੇ ਫਿਰ ਇੱਕ ਜਵਾਨ ਮੁੰਡਾ ਜਿਹੜਾ ਤਾਲਬ ਇਲਮ ਲੱਗਦਾ ਸੀ ਬੋਲਿਆ ਪਰ ਨੇਰੇ ਹੀਰੋਆਂ ਦੇ ਜ਼ਿਕਰ ਅਜ਼ਕਾਰ ਨਾਲ ਅਸੀਂ ਇਨਕਲਾਬ ਨਹੀਂ ਲਿਆ ਸਕਦੇ ਅਸੀਂ ਹਰ ਰੋਜ਼ ਇਹੋ ਗੱਲਾਂ ਕਰਦੇ ਆਂ ਤੇ ਜਦ ਚਾਹ ਮੁੱਕਦੀ ਹੈ ਤੇ ਅਸੀਂ ਘਰੋਂ ਘਰੀ ਟੁਰ ਜਾਂਦੇ ਆਂ ਅਸਾਜ ਦੇਖਣਾ ਹੈ ਭਈ ਅਸੀਂ ਹੁਣ ਕੀ ਕਰ ਸਕਦੇ ਆਂ ਅੱਜ ਦੀ ਮੁਗਲ ਸ਼ਾਹੀ ਤੇ ਗੋਰਾ ਸ਼ਾਹੀ ਦੇ ਖਿਲਾਫ ਅਸੀਂ ਕਿਵੇਂ ਆਡਾ ਲਾ ਸਕਨੇ ਆਂ ਹੂੰ ਇਹ ਸੋਚਣ ਵਾਲੀ ਗੱਲ ਏ ਅਸਲ 'ਚ ਸਰਕਾਰੀ ਨੌਕਰੀ ਨੇ ਸਾਡੀਆਂ ਜੀਬਾਂ ਬੰਨ੍ਹ ਸੁਟੀਆਂ ਨੇ ਨਜ਼ਮਾ ਮਜ਼ਬੂਨ ਤੇ ਲਿਖੇ ਜਾ ਸਕਦੇ ਨੇ ਪਰ ਅਮਲੀ ਤੌਰ ਤੇ ਕੰਮ ਕਰਨਾ ਮੁਸ਼ਕਿਲ ਏ ਮੇਰੇ ਖਿਆਲ 'ਚ ਜਿ ਕਿ ਜਲਾਸ ਕੀਤਾ ਜਾਏ ਤੇ ਉਹਦੇ ਵਿੱਚ ਆ인다 ਦੇ ਅਮਲ ਬਾਰੇ ਕੁਝ ਫੈਸਲੇ ਕੀਤੇ ਜਾਣ ਕੀ ਰਾਏ ਹੈ ਸਭ ਦੀ ਠੀਕ ਹੈ اجلاس ਲਈ ਤਾਰੀਖ ਤੇ ਵਕਤ ਦਾ ਫੈਸਲਾ ਕਰ ਲਓ ਮੇਰੇ ਖਿਆਲ ਚ ਸੋਮਵਾਰ ਨੂੰ 10 ਵਜੇ ਠੀਕ ਹੈ ਇੱਕ ਬੋਲਿਆ ਮੈਂ ਖੰਡ ਦੇ ਡੀਪੂ ਲਈ ਦਰਖਾਸਤ ਦਿੱਤੀ ਹੈ ਕੱਲ ਮੇਰੀ ਤੇ ਪੇਸ਼ੀ ਹੈ ਤੇ ਦੂਜਾ ਬੋਲਿਆ ਮੇਰੇ ਕੋਲ ਰੇਡੀਓ ਤੇ ਪ੍ਰੋਗਰਾਮ ਹੈ ਤੀਜਾ ਬੋਲਿਆ ਮੈਂ ਆਪਣੇ ਪਬਲਿਸ਼ਰ ਕੋਲੋਂ ਕੱਲ ਰਾਇਲਟੀ ਲੈਣ ਜਾਣੀ ਹੈ ਚੌਥਾ ਬੋਲਿਆ ਮੈਂ ਆਪਣੇ ਨਵੇਂ ਮਕਾਨ ਦੀ ਤਮੀਰ ਲਈ ਕਰਜ਼ੇ ਵਾਸਤੇ ਦਰਖਾਸਤ ਦਿੱਤੀ ਹੈ ਕੱਲ ਉਸ ਦਫ਼ਤਰ ਜਾਣਾ ਹੈ ਪੰਮਾ ਬੋਲਿਆ ਮੈਂ ਕੱਲ ਆਪਣੀ بیوی ਨੂੰ ਬਾਜ਼ਾਰੋਂ ਕੁਝ ਚੀਜ਼ਾਂ ਖਰੀਦ ਕੇ ਦੇਣੀਆਂ ਨੇ ਛੇਵਾਂ ਬੋਲਿਆ ਮੇਰਾ ਕੱਲ ਇੰਟਰਵਿਊ ਹੈ ਉਸ ਮੁਲਾਜ਼ਮਤ ਦੇ سلسلے ਵਿੱਚ ਤਾਲਬ ਇਲਮ ਬੋਲਿਆ ਮੈਂ ਜ਼ਰੂਰ ਆ ਜਾਂਦਾ ਪਰ ਕੱਲ ਸਾਡੀ ਯੂਨੀਅਨ ਦੀ ਇਲੈਕਸ਼ਨ ਨੇ ਤੇ ਮੈਂ ਇੱਕ ਉਹਦੇ ਲਈ ਉਮੀਦਵਾਰ ਆ ਉਸ ਵੇਲੇ ਬਹਿਰਾ ਆਇਆ ਤੇ ਪੁੱਛਣ ਲੱਗਾ ਚਾਹ ਹੋਰ ਲਿਆਵਾਂ ਜੀ ਨਹੀਂ ਨਹੀਂ ਅਸੀਂ ਹੁਣ ਚੱਲੇ ਆ ਸਾਰੇ ਕੋਰਸ ਵਿੱਚ ਬੋਲੇ ਉਠੋ ਜੀ ਚੱਲੀਏ ਅੱਛੀ ਗੱਲਬਾਤ ਹੋਈਏ ਸਾਰੇ ਉੱਠ ਕੇ ਇੱਕ ਇੱਕ ਕਰਕੇ ਬਾਹਰ ਟੁਰ ਗਏ ਮੈਂ ਵੀ ਉੱਠਿਆ ਤੇ ਬੂਹੇ ਬਾਹਰ ਨਿਕਲ ਆਇਆ ਹੁਣ ਮੈਂ ਸੋਚਿਆ ਕੀ ਕਰਾਂ ਮੈਨੂੰ ਆਪਣੇ ਆਪ ਤੇ ਸ਼ਰਮਿੰਦਗੀ ਹੋ ਰਹੀ ਸੀ ਮੈਂ ਆਪਣੇ ਆਪ ਤੇ ਹੱਸ ਰਿਹਾ ਸਾਂ ਮੇਰੇ ਕੰਨ ਧੰਮੀ ਵੇਲਾ ਬੋੜੇਗਾ ਦੀ ਗੂੰਜ ਨਾਲ ਪਾਟ ਰਹੇ ਸਨ ਮੈਂ ਅਸਪਿਆ ਜਦ ਮੈਂ ਰੁਕਿਆ ਤੇ ਮੈਂ ਪਹਾੜਾਂ ਜੰਗਲਾਂ ਚ ਖਲੋਤਾ ਸਾਂ ਤਾਈ ਤੇ ਗੋਲੀਆਂ ਦੀ ਆਵਾਜ਼ ਆਈ ਵਰਦਿਆਂ ਚ ਕੁਝ ਲੋਕ ਮੈਨੂੰ ਮਾਰਨ ਲਈ ਗੋਲੀਆਂ ਚਲਾ ਰਹੇ ਸਨ ਮੈਨੂੰ ਕੁਝ ਸਮਝ ਨਹੀਂ ਆਈ ਮੈਂ ਨਾ ਜੰਗਲਾਂ ਪਹਾੜਾਂ ਚ ਕਿਉਂ ਆਇਆ ਸੀ ਆਪਣੀ ਮਰਜ਼ੀ ਨਾਲ ਜਾਂ ਕੇ ਵੱਧੋ ਵੱਧੀ ਭੇਜਿਆ ਸਾਂ ਮੈਨੂੰ ਕੋਈ ਪਤਾ ਨਹੀਂ ਸੀ بس ਇਨਾ ਪਤਾ ਸੀ ਮੈਂ ਉਥੇ ਪਹੁੰਚ ਗਿਆ ਸਾਂ ਇਨਕਲਾਬ ਜ਼ਿੰਦਾਬਾਦ ਕਿਧਰੋਂ ਆਵਾਜ਼ ਆਈ ਮੈਂ ਉਧਰੋਂ ਵੇਖਿਆ ਇੱਕ ਵੱਡੀਆਂ ਮੁੱਛਾਂ ਵਾਲਾ ਲੰਮਾ ਚੌੜਾ ਬੰਦਾ ਜਿਹਦੀ ਛੋਟੀ ਛੋਟੀ ਦਾੜੀ ਸੀ ਦੂਰ ਖਲੋਤਾ ਇਹ ਨਾਰਾ ਲਾ ਰਿਹਾ ਸੀ ਮੈਂ ਉਹਦੇ ਵੱਲ ਇੱਕ ਵਾਰੀ ਵੇਖਿਆ ਤੇ ਫਿਰ ਉਸ ਤਰਫ ਤੁਰਨ ਲੱਗ ਪਿਆ ਉਹਦੇ ਕੋਲ ਅੱਪੜ ਕੇ ਮੈਂ ਉਹਨੂੰ ਸਿਰ ਤੋਂ ਪੈਰਾਂ ਤੀਕ ਤੱਕਿਆ ਉਹਦੀਆਂ ਉਂਗਲੀਆਂ ਵੱਡੀਆਂ ਵੱਡੀਆਂ ਛਾਪਾਂ ਨਾਲ ਭਰੀਆਂ ਸਨ ਉਹਦੀ ਖੱਬੀ ਬਾਹਂ ਤੇ ਇੱਕ ਬਾਜ਼ ਬੈਠਾ ਸੀ ਉਹਨੇ ਬੜੀ ਕੀਮਤੀ ਕੱਪੜੇ ਪਾਏ ਸਨ ਤੇ ਮੈਨੂੰ ਉਹਨੇ ਕਿਹਾ ਸ਼ਾਬਾਸ਼ ਲੜਾਈ ਜਾਰੀ ਰੱਖ ਇਹਦੇ 'ਚ ਸਾਡੀ ਸਭ ਦੀ ਨਜਾਤ ਈ ਫਿਕਰਾ ਕਹਿੰਦੇ ਆ ਉਹਦੀਆਂ ਅੱਖਾਂ 'ਚ ਅਜਬ ਜਿਹੀ ਲਿਸ਼ਕ ਪੈਦਾ ਹੋਈ ਮੈਂ ਹੁਣ ਉਹਦਾ ਜਾਣੂ ਹੋ ਚੁੱਕਾ ਸਾਂ ਮੈਂ ਕਿ ਮੈਨੂੰ ਹੁਣ ਕੋਈ ਵਰਤ ਨਹੀਂ ਸਕਦਾ ਇਹ ਲੜਾਈ ਤੁਹਾਡੀਆਂ ਜਗੀਰਾਂ ਪੱਕੀਆਂ ਕਰਨ ਵਾਸਤੇ ਵੀ ਮੇਰੀ ਇਹਦੇ 'ਚ ਨਜਾਤ ਨਹੀਂ ਹੁਣ ਮੈਂ ਤੁਹਾਡਾ ਜਾਣੂ ਆ ਉਹਨੇ ਕੁਝ ਕਹਿਣ ਲਈ ਮੂੰਹ ਖੋਲਿਆ ਤੇ ਅਚਨ ਚੇਤੀ ਕਿ ਪਾਸੋਂ ਗੋਲੀਆਂ ਵਰਨਣ ਲੱਗ ਪਈਆਂ ਉਹ ਫੁੱਟੇ ਪੈਰੀ ਨਸ ਪਿਆ ਮੈਂ ਫੇਰ ਪਹਾੜ ਦੀ ਪਹਿਲੀ ਜਗ੍ਹਾ ਤੇ ਅੱਖ ਖਲੋਤਾ ਹੁਣ ਮੈਂ ਚੁੱਪਚਾਪ ਸਾਂ ਮੈਂ ਪਹਾੜੋਂ ਉਤਰ ਆਇਆ ਤੇ ਸੱਚ ਝੂਠ ਦਾ ਨਿਤਾਰਾ ਕਰਨ ਲਈ ਟੁਰ ਪਿਆ ਇਨਕਲਾਬ ਜ਼ਿੰਦਾਬਾਦ ਕਿਸੇ ਨੇ ਨਾਹਰਾ ਲਾਇਆ ਪਰ ਉਹ ਮੈਨੂੰ ਨਜ਼ਰੀ ਨਹੀਂ ਸੀ ਆ ਰਿਹਾ ਮੈਨੂੰ ਕੋਈ ਨਹੀਂ ਵਰਤ ਸਕਦਾ ਮੈਂ ਕਿਹਾ ਤੇ ਇੱਕੋ ੜੀ ਕਾ ਭਜਣ ਲੱਗ ਪਿਆ ਨੈਕਸਟ ਜਦ ਉਹਦੀ ਕਥਮੁਖੀਤਾ ਦਾ ਆਵਾਜ਼ਾਂ ਉੱਚੀਆਂ ਹੋਈਆਂ ਇਹ ਮੇਰੀ ਜੀਵਨ ਕਥਾ ਹੈ ਨਹੀਂ ਮੇਰੀ ਜੀਵਨੀ ਹੈ ਨਹੀਂ ਇਹ ਮੇਰੀ ਜ਼ਿੰਦਗੀ ਦੇ ਹਾਲਾਤ ਨੇ ਮੈਂ ਵਾਂਝ ਦਾ ਪਿਓ ਦਾਦਾ ਫਾਂਸੀ ਚੜੇ ਸਨ ਮੈਂ ਵਾਂਝ ਜਿਹਨੇ ਦਰਿਆ ਅੰਦਰ ਭਾਜੜ ਪਾਈ ਸੀ ਮੈਂ ਵਾਂਝ ਜਿਹਨੇ ਗੋਰੇ ਅਫਸਰ ਨੂੰ ਤੀਰ ਮਾਰਿਆ ਸੀ ਮੈਂ ਵਾਂਝ ਜਿਹਨੇ ਅਸੈਂਬਲੀ ਅੰਦਰ ਬੰਬ ਰੱਖਿਆ ਸੀ ਮੈਂ ਵਾਂਝ ਜਿਹਨੇ ਇੱਕ ਗੋਰੇ ਨੂੰ ਸੱਤ ਸਮੁੰਦਰ ਪਾਰ ਜਾ ਕੇ ਮਾਰਿਆ ਸੀ ਮੈਂ ਵਾਂ ਜਿਹਨੇ ਆਪਣੇ ਆਪ ਨੂੰ ਮਜ਼ਬਾਂ ਦੀਆਂ ਵੰਡਾਂ ਤੋਂ ਉੱਪਰ ਸਮਝਿਆ ਸੀ ਮੈਂ ਵਾਂ ਜਿਹੜੇ ਵੱਖੋ-ਵੱਖ ਧਰਮਾਂ ਦੇ ਮੰਨਣ ਵਾਲਿਆਂ ਲਈ ਸਾਂਝਾ ਹਾਂ ਸਾਂਝੀ ਮਨੁੱਖਤਾ ਦੀ ਅਲਾਮਤ ਮੈਂ ਵਾਂ ਜਿਹੜਾ ਜੰਗਲਾਂ 'ਚ ਲੜਨ ਗਿਆ ਤੇ ਇਹ ਸੋਚ ਕੇ ਮੁੜ ਆਇਆ ਵੀ ਮੈਂ ਵਰਤਿਆ ਜਾ ਰਿਹਾ ਮੈਂ ਵਾਂ ਜਿਹੜਾ ਹੁਣ ਹੋਰ ਨਹੀਂ ਵਰਤਿਆ ਜਾ ਸਕਾਂਗਾ ਫਿਰ ਇੱਕ ਮੋਟੀ ਜੀ ਆਵਾਜ਼ ਉਜਰੀ ਪਰ ਉਹ ਕੌਣ ਹੈ ਜਿਹੜਾ ਅੱਜ ਖਾਣੇ 'ਚ ਗੱਲਾਂ ਕਰ ਰਿਹਾ ਸੀ ਉਹ ਕਾਣੇ ਜਿਹੜਾ ਪਹਾੜ ਤੇ ਬਾਹ ਉੱਪਰ ਬਾਜ ਬਿਠਾ ਕੇ ਆਇਆ ਸੀ ਕੋਈ ਨਾ ਬੋਲਿਆ ਸਾਰੇ ਇੱਕ ਦੂਜੇ ਵੱਲ ਕਾਣੀਆਂ ਅੱਖਾਂ ਨਾਲ ਤੱਕਣ ਲੱਗ ਪਏ ਜਦ ਕੁਝ ਲੰਮੀ ਕੋਈ ਨਾ ਬੋਲਿਆ ਤੇ ਫਿਰ ਇੱਕ ਸੁਆਣੀ ਦੀ ਆਵਾਜ਼ ਆਈ ਸਾਰੇ ਅੱਖਾਂ ਮੀਟ ਕੇ ਪਹਿਲਾਂ ਵਾਂਗ ਸੁਣਨ ਲਈ ਤਿਆਰ ਹੋ ਗਏ ਹੁਣ ਅਸਮਾਨ ਦਾ ਤੇ ਸਾਰੇ ਆਲੇ ਦੁਆਲੇ ਦਾ ਰੰਗ ਬਦਲ ਗਿਆ ਸੰਤਰੇ ਰੰਗ ਦੀਆਂ ਪਿਛਕਾਰੀਆਂ ਫਿਜ਼ਾ ਵਿੱਚ ਡੁੱਲ ਪਈਆਂ ਧੰਨਵਾਦ ਚਲਦਾ